ਨੂੰ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਨਗਰ ਨੂੰ ਇਲਾਕੇ ਨੂੰ ਕਹਿ ਦੱਸਿਆ ਦਾ ਪਾਣਾ ਵਾਪਰਿਆ ਜਿਹੜਾ ਨਾਮ ਪੂਰਾ ਖੁਸ਼ੀ ਦੇ ਟਾਈਮ ਇਕੱਠੇ ਹੋਈਏ ਤੇ ਖੁਸ਼ੀ ਵੱਧ ਗਈ ਹੈ ਤੇ ਜਦੋਂ ਦੁੱਖ ਦੇ ਵਿੱਚ ਇਕੱਠੇ ਹੋਈਏ ਤਾਂ ਅੱਜ ਦੁੱਖ ਅੱਜ ਆਪਾਂ ਸਾਰੇ ਰਿਸ਼ਤੇਦਾਰ ਸਾਥ ਸੰਬੰਧੀ ਰੱਖ ਕੇ ਨਗਰ ਵਾਸੀ ਇਲਾਕਾ ਵਾਸੀ ਰੱਖ ਕੇ ਵੜੈ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਹਾਂ ਔਰ ਵੜੈ ਪਰਿਵਾਰ ਦਾ ਦੁੱਖ ਘਟਾਉਣ ਲਈ ਕਰ ਰਿਹਾ ਸੋ ਤੁਹਾਡਾ ਸਾਰਿਆਂ ਦਾ ਮੈਂ ਪਰਿਵਾਰ ਦੇ ਵੱਲੋਂ ਸਾਰੇ ਰਿਸ਼ਤੇਦਾਰਾਂ ਵੱਲੋਂ ਇੱਕ ਇੱਕ ਕਦਮ ਚੱਲਿਆ ਸਭ ਤੋਂ ਪਹਿਲਾਂ ਜਿਹੜਾ ਗੁਰੂ ਸਾਹਿਬਾਨਾਂ ਦਾ ਧੰਨਵਾਦ ਕਰਨਾ ਜਿਹਨਾਂ ਨੇ ਸੋ ਸਾ ਸਾ ਸਾ
Yeah.
आर विसरत सदा को
ਦੇ ਕੇ ਸਾਨੂੰ ਜਿਵਾਉਂਦੇ ਰਹੇ ਨੇ। ਜਿਵਾਦਾ ਜਿਹੜੇ ਬੰਦਿਆਂ ਵਿੱਚ ਕੰਮ ਸ਼ੁਰੂ ਕੀਤਾ ਹੈ ਤੇ ਉਹ ਸੱਜਣ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ। ਜੇ ਕਦੇ ਔਖਾ ਸਮਾਂ ਵੀ ਆਇਆ ਤੇ ਉਸ ਸਮੇਂ ਨੂੰ ਵੀ ਖੇੜੇ ਮੱਥੇ ਝਾਪਦੇ ਹੋਏ ਅਗਾਂਹ ਹੀ ਵਧੇ ਨੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਪਰ ਸਮੇਂ ਦੀ ਇਜਾਜ਼ਤ ਨੂੰ ਦੇਖਦੇ ਹੋਏ ਤੇ ਬਹੁਤ ਸਾਰੇ ਉਹਨੇ ਆਪਣਾ ਸਥਾਨ ਹੀ ਸਮਾਜ ਵਿੱਚ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਕਿ ਅੱਜ ਇਹ ਕਾਠਮੰਡ ਕੰਮ ਆ ਗਏ ਤੇ ਹਰ ਖੇਤਰ ਦੇ ਉੱਚੀਆਂ ਸ਼ਖਸੀਅਤਾਂ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਮੌਕੇ ਕਰ ਰਹੇ ਨੇ। ਰਾਜਨੀਤਿਕ ਪਾਰਟੀਆਂ, ਧਾਰਮਿਕ ਪਾਰਟੀਆਂ ਜਾਂ ਸਮਾਜਿਕ ਕਾਰਕੁਨ ਤੇ ਮੈਂ ਅਖੀਰ ਤੇ ਉਸ ਸੱਜਣ ਨੂੰ ਆਪਣੀ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫੰਡ ਜਿਸ ਨੂੰ ਉਹ ਪੈਦਾ ਕਰਨ ਵਾਲੇ ਨੇ ਉਹਦੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਹਮੇਸ਼ਾ ਹੀ ਉਹਨਾਂ ਦੇ ਆਸਣ ਕਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਚ ਸੋਮੇ ਸਮਝ ਪ੍ਰਗਟੀ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸੱਜਣ ਮਿੱਤਰ, ਰਿਸ਼ਤੇਦਾਰ, ਸਾਕ ਸੰਬੰਧੀ ਅੱਜ ਸੋਮੇ ਸਭਾ ਚ ਸਾਡੇ ਬਹੁਤ ਹੀ ਸਤਿਕਾਰ ਯੋਗ ਮਾਸਟਰ ਦਿਵਸ ਸਿੰਘ ਜੀ ਬਣਾਏ ਚ, ਜਿਹੜੇ ਕਿ ਗੁਰੂ ਮਹਾਰਾਜ ਜੀ ਵੱਲੋਂ ਬਾਕੀ ਹੋਈ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਣ ਵਾਜੇ ਨੇ। ਉਹਨਾਂ ਦੇ ਚਲੇ ਜਾਣ ਦੇ ਨਾਲ ਆਪਾਂ ਸਾਰਿਆਂ ਨੂੰ ਬੜਾ ਘਾਟਾ ਪਿਆ। ਮਾਸਟਰ ਜੀ ਬਾਰੇ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਸਾਰਿਆਂ ਨੇ, ਮਾਸਟਰ ਵਿਵੇਕ ਜੀ ਨੇ ਦੱਸਿਆ। ਮਾਸਟਰ ਦਿਵਸ ਸਿੰਘ ਜੀ ਬਣਾਏ ਜਿਹੜੇ ਤਰੀਕੇ ਬਹੁਤ ਹੀ ਵਧੀਆ ਇਨਸਾਨ ਸਨ ਔਰ ਬੜੇ ਦ੍ਰਿੜ ਇਰਾਦੇ ਦੇ, ਸੱਚੇ ਸੁੱਚੇ ਕਰਨੀ ਦੇ ਕਰਨੀ ਦੇ ਬੜੇ ਪੱਕੇ ਸਨ। ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਵੀ ਮੁਲਾਜ਼ਮ ਹੈ ਜੀ, ਗੌਰਮੈਂਟ ਦੇ ਸਰਵਿਸ ਕਰਦਾ ਸੀ। ਬੜੇ ਘੱਟ ਲੋਕ ਹੋਇਆ ਕਰਦੇ ਨੇ ਜਿਹੜੇ ਮੁਲਾਜ਼ਮ ਹੋ ਕੇ ਵੀ ਪਬਲਿਕ ਦੀ ਸੇਵਾ ਕਰਨੀ ਔਰ ਨਿਰਾਸ ਹੋ ਕੇ ਲੋਕਾਂ ਦੇ ਵਿੱਚ ਬੜੇ ਵਿਚਰਨਾ ਔਰ ਨਿਰਾਸ ਹੋ ਕੇ ਆਪਣੇ ਜਦੋਂ ਪਾਰਟੀਆਂ ਦੇ ਵਿੱਚ ਵਿਚਰ ਲਿਆ ਹੋਇਆ ਤਸ਼ੱਦਦ ਦਾ ਮੌਕਾ ਉਹਨਾਂ ਦੇ ਉੱਤੇ ਆਇਆ। ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵਾੜਾ ਬਣਾਇਆ ਸਾਰਿਆਂ ਦੇ, ਕਿਉਂਕਿ ਇਸ ਵੇਲੇ ਜਿਹੜੇ ਮੁਲਾਜ਼ਮ ਲੋਕ ਹੁੰਦੇ ਨੇ ਉਹ ਖਾਸ ਕਰਕੇ ਬੜਾ ਕਰਦੇ ਹੁੰਦੇ ਨੇ। ਪਰ ਸਾਡਾ ਕੇਵਲ ਸਿੰਘ ਜੀ ਬੜੇ ਦਲੇਰ ਤੇ ਵਧੀਆ ਕਿਸਾਨ ਸਨ ਔਰ ਗਰੀਬਾਂ ਦੇ ਵਸੀਲਾ ਸਨ। ਇਹ ਲਈ ਅਸੀਂ ਪੰਚਾਇਤਾਂ ਦੇ ਵਿੱਚ ਵੀ ਇਕੱਠੇ ਹੋਏ। ਉਹਨਾਂ ਦੀ ਬੜੀ ਉੱਚੀ ਤੇ ਸੱਚੀ ਸੋਚ ਹੁੰਦੀ ਸੀ, ਜੋ ਉਹਨਾਂ ਨੇ ਫੈਸਲਾ ਕਰਨਾ ਉਹਨਾਂ ਬੜਾ ਸਿਆਣ ਤੇ ਸਹੀ ਢੰਗ ਨਾਲ ਦੋਨਾਂ ਪਾਰਟੀਆਂ ਨੂੰ ਲਿਆ ਕੇ ਇੱਕ ਪਲੇਟਫਾਰਮ ਤੇ ਖੜਾ ਕਰਨਾ ਔਰ ਸਾਰਿਆਂ ਨੂੰ ਉਹ ਮਨਜ਼ੂਰ ਹੁੰਦਾ ਸੀ। ਸਾਨੂੰ ਪਤਾ ਨਹੀਂ ਸੀ ਅੱਜ ਦੇ 4 ਤਰੀਕ ਨੂੰ ਅਸੀਂ ਪੈਰੀ ਕਰਦੇ ਉੱਥੇ ਇਕੱਠੇ ਹੋਏ। ਰਾਜਵੀਰ ਸਿੰਘ ਦਾ ਵਿਆਹ ਸੀ ਤੇ ਮਾਸਟਰ ਜੀ ਉਹਦੇ ਉੱਤੇ ਬੈਠੇ, ਗੁਰੂ ਸਾਹਿਬ ਵੀ ਬੈਠੇ ਸੀ ਸਾਡੇ ਸਰਕਾਰ ਦੇ ਚੇਅਰਮੈਨ ਸਾਹਿਬ ਤੇ ਸਕੂਲ ਦੇ ਗੱਲਾਂ ਕਰਦੇ ਸੀ। ਮੈਂ ਕਿਹਾ ਮਾਸਟਰ ਜੀ ਤੁਹਾਡਾ ਚਿਹਰਾ ਠੀਕ ਹੈ ਤੇ ਮੈਂ ਠੀਕ ਨਹੀਂ ਕਰ ਰਿਹਾ ਨਾ ਸਾਹਿਬ, ਮੈਂ ਕਿਹਾ ਤੁਸੀਂ ਆਪਣੇ ਸਿਹਤ ਦਾ ਖਿਆਲ ਰੱਖੋ। ਪਰ ਸਾਨੂੰ ਉਮੀਦ ਨਹੀਂ ਸੀ ਕਿ ਸਾਨੂੰ ਇੰਨੀ ਜਲਦੀ ਉਹ ਵਿਛੋੜਾ ਦੇ ਕੇ ਸਾਡੇ ਤੋਂ ਸਾਰਾ ਦੇ ਵਿਛੜ ਜਾਣਗੇ। ਉਹਨਾਂ ਦੇ ਚਲੇ ਜਾਣ ਦੇ ਨਾਲ ਮੈਂ ਸਮਝਣਾ ਸਾਨੂੰ ਬੜਾ ਬੜਾ ਘਾਟਾ ਪਿਆ ਵਾ। ਖਾਸ ਕਰਕੇ ਮੈਂ ਸਮਝਣਾ ਪਿਓ ਜਿਹੜੇ ਉਹਨਾਂ ਦੇ ਜਿੰਨੀ ਜਿੰਨੀ ਨੇੜਤਾ ਉਹਨਾਂ ਨਾਲ ਦੋ ਜਿੰਨੇ ਉਹਨਾਂ ਦੇ ਸੱਜੇ ਮਿੱਤਰ ਪਿਆਰੇ ਸਨ ਉਹਨਾਂ ਨੂੰ ਬੜਾ ਇਸ ਗੱਲ ਦਾ ਘਾਟਾ ਪਿਆ, ਕਿਉਂਕਿ ਵਧੀਆ ਇਨਸਾਨ, ਵਧੀਆ ਸਾਡੀ ਜਿਹੜੀ ਪਾਰਟੀ ਦਾ ਲੀਡਰ ਔਰ ਵਧੀਆ ਵਰਕਰ ਜਿਹੜਾ ਸਾਡੇ ਕੋਲ ਸਾਡੇ ਜੁਦਾ ਹੋ ਗਿਆ। ਮੈਂ ਆਪਣੇ ਵੱਲੋਂ ਆਪਣੀ ਆਦਮੀ ਸਭਾ ਹਲਕਾ ਸ਼ਾਹਪੁਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਪਾਰਟੀ ਵੱਲੋਂ ਵੀ ਉਹਨਾਂ ਨੂੰ ਮਿਰਦੋਸ਼ ਸ੍ਰੀ ਬੁਲਾਇਆ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਿਓ। ਪਿੱਛੇ ਸਾਰੇ ਸੱਜਣ ਮਿੱਤਰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋੜ ਵਿੱਚ ਸਾਧ ਸੰਗਤ ਦੀ ਰਸਨਾ ਮਿੱਤਰ ਕਰੋ ਕਾਹੋ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੋ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਪਰਮਾਤਮਾ ਦੇ ਜਾਣ ਦਾ ਸਮਾਂ ਲੈ ਦਿੱਤਾ। ਮੌਤ ਇੱਕ
ਰਿਸ਼ਤਾ ਜਿਹਨੂੰ ਕੋਈ ਐਡਰੈਸ ਦੀ ਲੋੜ ਨਹੀਂ, ਕੋਈ ਪਤੇ ਦੀ ਲੋੜ ਨਹੀਂ, ਕੋਈ ਦੇਸ਼ ਲੱਭਣ ਦੀ ਲੋੜ ਨਹੀਂ, ਕੋਈ ਸਮਾਨ ਦੇ ਉੱਤੇ ਇਨਸਾਨ ਕੋਈ ਉੱਥੇ ਲੱਭਣ ਦੀ ਲੋੜ ਨਹੀਂ। ਮੌਤ ਹਰ ਇਨਸਾਨ ਤੱਕ ਬਿਨਾਂ ਐਡਰੈਸ ਤੋਂ ਬਿਨਾਂ ਪਤੇ ਤੋਂ ਲੱਭ ਲੈਂਦੇ। ਅੱਜ ਅਸੀਂ ਮਾਸਟਰ ਕੇਵਲ ਸਿੰਘ, ਮੈਂ ਪਹਿਲਾਂ ਸੰਗਤ ਕੋਲ ਮਾਫੀ ਮੰਗਦਾ ਕਿ ਮੈਂ ਤਿੰਨ ਚਾਰ ਦਿਨ ਤੋਂ ਵਾਲੇ ਲੋਕਾਂ ਦੀ ਪੀੜਾ ਦਾ ਮੈਂ ਜ਼ਿਆਦਾ ਉਹ ਸ਼ਬਦ ਜਿਹੜੇ ਮਾਸਟਰ ਕੇਵਲ ਸਿੰਘ ਦੀ ਜੀਵਨੀ ਦੇ ਹੋਣ ਗਏ ਸ਼ਾਇਦ ਮੈਂ ਵਧੀਆ ਕਰਨਾ ਪਕਾਰ ਨਾ ਸਕਦਾ। ਮਾਸਟਰ ਕੇਵਲ ਸਿੰਘ ਇੱਕ ਚਲਦੀ ਫਿਰਦੀ ਸੰਸਥਾ ਸਤਿਗੁਰ ਜਿਦਾ ਹੋ ਗਈ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਮੋਦੀ ਜੀ ਪਧਾਰ ਰਹੇ ਨੇ, ਉਹਨਾਂ ਬਾਰੇ ਸ਼ਬਦ ਹੈ। ਮੈਂ ਪਹਿਲਾਂ ਸੋਚ ਰਿਹਾ ਸੀ ਇਹ ਸ਼ਬਦ ਥੋੜੇ, ਅੱਜ ਉਹ ਇੱਕ ਇਨਸਾਨ ਜਿਹਦੇ ਸਾਰੇ ਸਮਰ ਆਪਣੀਆਂ ਜਿੰਦਗੀਆਂ ਨੂੰ ਛੱਡ ਕੇ ਸਾਰੇ ਧਾਰਮਿਕ ਕੰਮ, ਰਾਜਨੀਤਿਕ ਕੰਮ, ਪਰਿਵਾਰਕ ਮਸਲੇ, ਘਰੇਲੂ ਲੋਕਾਂ ਦੇ ਬਿਜ਼ਨਸ ਦੇ ਮਸਲੇ, ਸੱਚ ਜਾਣੋ ਦੇ ਸਾਰੀ ਜ਼ਿੰਦਗੀ ਲੋਕਾਂ ਵਾਸਤੇ ਲਾ ਦਿੱਤੀ। ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਸ ਮੁਕੱਦਰ ਸਥਾਨ ਤੇ ਸਵਰਗਵਾਸੀ ਮਾਸਟਰ ਕੇਵਲ ਸਿੰਘ ਦੀ ਯਾਦ ਵਿੱਚ ਜੋ ਬੇਟੇ ਗੁਰੂ ਗ੍ਰੰਥ ਸਾਹਿਬ ਸਿੰਘ ਜੀ ਬਰਾਬਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੈਠਾ ਸੋਚ ਰਿਹਾ ਸੀ ਕਿ ਮਾਸਟਰ ਕੇਵਲ ਸਿੰਘ ਜੀ ਦੀ ਮੌਤ ਬੜੀ ਬੇਵਕਤ ਮੌਤ ਹੋਈ ਹੈ ਤੇ ਇਹੋ ਜਿਹੀ ਬੇਵਕਤ ਮੌਤ ਹੋਣ ਦੇ ਨਾਲ ਜੋ ਪਰਿਵਾਰਾਂ ਨੂੰ ਘਾਟਾ ਪੈਂਦਾ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ। ਲੇਕਿਨ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਮਿਲਦੇ ਹਨ ਕਿ ਇਨਸਾਨ ਨਾ ਆਪਣੀ ਮਰਜ਼ੀ ਦੇ ਨਾਲ ਇਸ ਸੰਸਾਰ ਤੇ ਆਉਂਦਾ ਹੈ ਤੇ ਨਾ ਆਪਣੀ ਮਰਜ਼ੀ ਦੇ ਨਾਲ ਵਾਪਸ ਜਾਂਦਾ ਹੈ। ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ, ਫਰੀਦਾ ਦਰਿਆਵੇ ਕੰਢੇ ਬੰਗਲਾ ਬੈਠਾ ਖੇਤ ਕਰੇ ਕੇਵ ਕਰਿੰਦੇ ਹਨ ਜੋ ਅਚਿੰਤੇ ਬਾਜ ਪਏ ਬਾਜ ਪੈ ਸਰਬ ਦੇ ਖੇਲਾਂ ਵਿਸਰੀਆਂ ਜੋ ਮਨਚਿਤ ਰਚਿਤ ਤੇ ਸੱਤ ਸੌ ਗਾਲੀ ਰੱਖਦੀ ਹੈ। ਕੁਝ ਦਿਨ ਪਹਿਲਾਂ ਕਦੇ ਕਿਸੇ ਨੇ ਸੋਚਿਆ ਹੋਵੇਗਾ ਕਿ ਮਾਸਟਰ ਕੇਵਲ ਸਿੰਘ ਜੀ ਇੰਨੀ ਜਲਦੀ ਆਪਾਂ ਸਭਨਾਂ ਨੂੰ ਪਿਛੋੜਾ ਦੇ ਜਾਵਾਂਗੇ, ਕਿਸੇ ਦੇ ਮਨ ਵਿੱਚ ਨਹੀਂ ਆਇਆ ਹੋਵੇਗਾ। ਲੇਕਿਨ ਉਸ ਅਕਾਲ ਪੁਰਖ ਦਾ ਹੁਕਮ ਇਨਸਾਨ ਜਦ ਇਸ ਧਰਤੀ ਤੇ ਆਉਂਦਾ ਹੈ ਤੇ ਆਪਣੇ ਸਵਾਸਾਂ ਰੂਪੀ ਪੂੰਜੀ ਜੋ ਹੈ ਉਹ ਵੀ ਵਾਹਿਗੁਰੂ ਵੱਲੋਂ ਨਾਲ ਹੀ ਕਲੀਅਰ ਕਰ ਦਿੱਤੀ ਜਾਂਦੀ ਹੈ ਤੇ ਜਦ ਉਹ ਸਮਾਂ ਸੰਪੂਰਨ ਹੋ ਜਾਂਦਾ ਹੈ ਤਾਂ ਇਨਸਾਨ ਵਾਪਸ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਆਹ ਹੋ ਜਾਂਦਾ ਹੈ। ਲੇਕਿਨ ਬੇਸ਼ਕ ਇੱਕ ਬਹੁਤ ਵੱਡੀ ਸਚਾਈ ਹੈ ਜਿਸ ਦਾ ਕੋਈ ਬਦਲ ਨਹੀਂ ਹੈ, ਪਰ ਇਸਦਾ ਦੂਸਰਾ ਪੱਖ ਜੋ ਹੈ ਪਰਿਵਾਰਕ ਪੱਖ ਤੇ ਸਮਾਜਿਕ ਪੱਖ, ਜੇ ਇਸ ਪਰਿਵਾਰ ਦੇ ਵਿੱਚ ਕੋਈ ਇਨਸਾਨ ਜਾਂਦਾ ਹੈ। ਮੈਂ ਬੈਠਾ ਸੋਚ ਰਿਹਾ ਸੀ ਕਿ ਇਹਨਾਂ ਗੱਲਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੇ ਬੱਚਿਆਂ ਨੂੰ ਕਿੱਡਾ ਵੱਡਾ ਨਿਵਾਸ ਮਿਲਦਾ ਹੋਵੇਗਾ। ਜਿਹੜੀ ਜਗ੍ਹਾ ਇਨਸਾਨ ਖਾਲੀ ਕਰਕੇ ਚਲੇ ਜਾਂਦਾ ਹੈ ਉਹ ਜਗ੍ਹਾ ਵਾਰ ਵਾਰ ਪਰਿਵਾਰ ਨੂੰ ਦਿਸਦੀ ਹੈ, ਵਾਰ ਵਾਰ ਉਹ ਪਛਾਣ ਦਿਸਦਾ ਹੈ ਕਿ ਸ਼ਾਇਦ ਸਾਡਾ ਜਾਣ ਵਾਲਾ ਵਾਪਸ ਆ ਜਾਵੇਗਾ। ਲੇਕਿਨ ਨਹੀਂ ਵਾਪਰਦਾ, ਇੱਕ ਸਚਾਈ ਹੈ। ਸਮਾਂ ਬਹੁਤ ਵੱਡਾ ਬਲਵਾਨ ਹੈ, ਸਮੇਂ ਦੇ ਨਾਲ ਨਾਲ ਜਾਣ ਵਾਲਿਆਂ ਦੀਆਂ ਯਾਦਾਂ ਜਿਹੜੀਆਂ ਹਨ ਉਹ ਸਜੀਵ ਰਹਿੰਦੀਆਂ। ਲੇਕਿਨ ਆਪਾਂ ਰਸਮਾਂ ਨੂੰ ਆ ਕੇ ਦੁਬਾਰਾ ਫਿਰ ਉਸੇ ਹੀ ਚੱਕਰ ਦੇ ਵਿੱਚ ਆਪਣੇ ਜੀਵਨ ਨੂੰ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਜੀਵਨ ਜੋ ਹੈ ਇੱਕ ਆਸ ਹੈ, ਆਸ ਦੇ ਨਾਲ ਜੁੜਿਆ ਦਾ ਜੀਵਨ ਹੈ। ਜਿੰਨੀ ਦੇਰ ਤੱਕ ਆਸ ਹੈ ਉਨੀ ਦੇਰ ਤੱਕ ਇਨਸਾਨ ਦਾ ਜੀਵਨ ਹੈ। ਆਪਾਂ ਰਸਮਾਂ ਪਾਉਂਦੇ ਹਾਂ, ਅੱਜ ਮਾਸਟਰ ਜੀ ਦੇ ਸੰਬੰਧ ਵਿੱਚ ਆਪਾਂ ਇੱਥੇ ਗੁਰਬਾਣੀ ਦੇ ਭੋਗ ਪਾਏ ਹਨ, ਕੀਰਤਨ ਹੋਇਆ ਹੈ, ਅਰਦਾਸ ਹੋਈ ਹੈ। ਲੇਕਿਨ ਇਹ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਆਪਾਂ ਆਪੋ ਆਪਣੇ ਕੰਮਾਂ ਵਿੱਚ ਵੀ ਪਰਿਵਾਰਾਂ ਨੂੰ ਲੱਗਣਾ ਹੈ, ਸੱਜਣਾ ਮਿੱਤਰਾਂ ਨੇ ਵੀ ਆਪਣੇ ਕੰਮਾਂ ਚ ਲੱਗਣਾ ਹੈ। ਲੇਕਿਨ
जो मशोरा है वो सही भी है, जो यादव हैं वो भी सही भी हैं, कभी भी यादव खत्म नहीं होती हैं, ज्ञान वाले हमेशा ज्ञान रहते हैं। मास्टर केवल सिंह के बारे बड़ा कुछ किया गया कि बड़ा कुछ किया जा सकता है, वो मेरे नाल कुछ साल बड़े सन, असी अगे पिछे पढ़े, ये डिपार्टमेंट की गल चली, असी आपो अपने जथेबंदियों के काम किया, लेकिन समाजिक स्थान से परिवारिक स्थान जी सी वो आपो अपनी जगह से बरकरार रही, राष्ट्रीय सोच अपनी जगह पे, लेकिन समाजिक सोच जो है बहुत बड़ी सोच होती है, जो इंसान समाज को कहना से सीख लेता है, मेरे ख्याल से इस तो बड़ी होर कोई सोच इंसान वास्ते हो नहीं सकती। मास्टर जी एक चंगे इंसान सन, जिन्हों की सारे इलाके बड़ी चंगी सांस सी, हर परिवार उस तो कोई बुजादे सन, जिस गल का सबूत है कि अब आप सारे जाने कट्ठे होके गुरु महाराज के अरदास करके आए कि सच्चे पातशाह अपने चरणा च मात बख्श कर, उन्होंने परिवार को साथ संबंधियों रिश्तेदार भाणा मन का बल बख्श कर। मास्टर जी के जान का बहुत वाला घाटा पाया है, जो परिवार को घाटा पाया है उनका कदम पूरा नहीं हो सकता, पिंडा भी घाटा पड़ता है, केंद्रीय सर्वे जो होते हैं उन्होंने नाम का पिंड भी उठाया करते हैं। मास्टर केवल सिंह के नाम दिल्ली बैंक पिंड का नाम जुड़िया हुआ है, जो बहुत दूर दूर तक पिंड का नाम याद करते सब लोग, उन्होंने जानना मैं समझना कि साढ़े दोनों इलाके में बहुत पता करता पाया है, साढ़े इलाके जो एक शख्सियत है उन्होंने जानना जो घाटा पाया है कभी पूरा नहीं हो सकता, लेकिन आप सतना से जानना यही अरदास करा कि सच्चे पातशाह उन्होंने अपने चरणा नवास बख्श कर, उन्होंने रूह शांति बख्श कर, पिछले परिवार के सिर से वेद भरिया दया भरिया सब कोल अपना हाथ रखन कि आने वाला समा जिहड़ा है वह परिवार वास्ते उन्होंने बच्चों वास्ते बड़ा कामयाबिया वाला हो, खुशहाली वाला हो, तंदुरुस्ती वाला हो, सतना के चरणा च अरदास करता है। मैं अपने वालों अपने परिवार वालों सारी संगत वालों मास्टर केवल सिंह जी को श्रद्धा के फूल भेंट करता। वाहेगुरू जी का खालसा वाहेगुरू जी की फतेह। स्थान से गुरुकर की गुरु ग्रंथ साहिब जी योग फतेह सत जी कहते वाहेगुरू जी का खालसा वाहेगुरू जी की फतेह। यह आगे लिखा यह आप माए कर रहे आए नाम का सफे हो जाए मां बाप का सारे बहुत ही सत्कार योग साढ़े प्यारे मास्टर केवल सिंह जी जो सानू बेवक समय से सदीवी विछोड़ा दे के परमात्मा के पुत्ते विश्वास पूरे करके परमात्मा के चरणा में याद रखते हैं, उन्होंने बेवक समय के जान समूह परिवार को रिश्तेदार नगर को ला के लोग कह दसैला पाना वापर जो नाम पूरा हो, क्योंकि मास्टर जी की जो जीवनी से गल करते हैं मेरे तो पहले सारे बुला रहे थे उन्होंने जीवनी बारे सारा विस्तार से दसिया। मास्टर जी के बारे में लफ्ज नहीं कि लफ्ज कह क्योंकि उन्होंने अपनी जिंदगी हर काम के संघर्ष किया, संघर्ष भी एक बजे कि निडर हो गए, चाहे जिसे परिवार को भी स्टैबलिश किया, रिश्तेदार भी सारे तरक्की वाले पास लेके गए, जो अपनी नौकरी के जॉब पूरा सक्सैस जिन्हों कहते पूरा कामयाब तरीके अपनी जॉब भी की थी। उस तो जो दूसरा पहलू उन्होंने सियासी पदर अपना सफल जिंदगी का जिया वह भी बहुत तगड़ी लड़ाई लड़ के हमेशा अपनी पार्टी की अपने साथियों की वो काम जीते जरा कोई मैं बयान नहीं कर सकता कोई कर नहीं सकता, वो हरेक सोच के मालिक सन, परमात्मा नाल भी जुड़े हुए थे, गुरु मनने वाले से, और उन्होंने जदों भी कदे
ਉਹ ਗੱਲ ਹੁੰਦੀ ਸੀ, ਆ ਦੋਨੇ ਏਰੀਏ ਦੀ ਗੱਲ ਹੁੰਦੀ ਸੀ, ਸ਼ਾਹਪੁਰ ਇਲਾਕੇ ਦੀ ਗੱਲ ਹੁੰਦੀ ਸੀ, ਪਰਮਾਤਮਾ ਜੀ ਮੋਹਰੀਆ ਕਰਾਰਾਂ ਦੇ ਵਿੱਚ ਉਸ ਗੱਲਾਂ ਦੇ ਵਿੱਚ ਹੁੰਦੀ ਸੀ। ਔਰ ਮਾਸਟਰ ਜੀ ਦਾ ਕਿਉਂਕਿ ਮੇਰਾ ਇਹ ਆਪਣਾ ਪਰਿਵਾਰ ਹੈ, ਰਿਸ਼ਤੇਦਾਰੀ ਹੈ, ਜਿੱਥੇ ਮੈਂ ਸਮਝਦਾ ਸਾਡੇ ਛੋਟੇ ਭਤੀਜੇ ਨੂੰ ਰਾਜ ਮਹਾਵੀਰ ਸਿੰਘ ਨੂੰ ਆਪਣੇ ਪਿਤਾ ਦਾ ਜਾਣਦਾ ਘਾਟਾ ਪਿਆ, ਮੇਰੀਆਂ ਦੋਨੇ ਉਹਨਾਂ ਦੀਆਂ ਬੱਚੀਆਂ ਔਰ ਸੰਸਥਾ ਵਿੱਚ ਸਾਡੇ ਭੈਣ ਜੀ ਉਹਨਾਂ ਦੀ ਧਰਮ ਸੰਬੰਧੀ ਮੈਂ ਸਮਝਦਾ ਬੜਾ ਵੱਡਾ ਪ੍ਰਭਾਵ ਦੇ ਵਿੱਚ ਇੱਕ ਸਲਾਹ ਆਇਆ ਜਿਹੜੇ ਇਹਦੀ ਪੂਰਤੀ ਕਰਨਾ ਬੜਾ ਔਖਾ। ਔਰ ਰਾਜ ਮਹਾਵੀਰ ਦੇ ਜਿਸ ਦਿਨ ਮਤਲਬ ਪਾਰਟੀ ਦੇ ਆਪਾਂ ਸਾਰੇ ਇਕੱਠੇ ਹੋਏ, ਅਜੇ ਉਹ ਖੁਸ਼ੀਆਂ ਮਾਸਟਰ ਜੀ ਬਹੁਤ ਚਾਹ ਸੀ ਮੇਰੇ ਕੋਲ ਕਾਰ ਦੇ ਕੇ ਜਲੰਧਰ ਸਵੇਰ ਪਹੁੰਚ ਕੇ ਸੌਖੇ ਕੋਠੀ। ਮੈਂ ਕਿਹਾ ਮਾਸਟਰ ਜੀ ਤੁਹਾਡਾ ਸਨੇਹ ਮਿਲਿਆ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਸੀ, ਤੁਸੀਂ ਮੈਨੂੰ ਫੋਨ ਤੇ ਦੱਸ ਦਿੰਦੇ ਤੁਸੀਂ ਕਿਹੜੀ ਦੂਰਾਂ ਕਹਿੰਦੇ ਨਹੀਂ ਚੱਲ ਉੱਠ ਆਪਾਂ ਚੱਲੀਏ, ਚੌਧਰੀ ਸਾਹਿਬ ਨੂੰ ਕਾਰ ਦੇ ਜਾਣਾ, ਰਣਜੀਤ ਜੀ ਨੂੰ ਕਾਰ ਦੇ ਜਾਣਾ, ਕਪੂਰ ਲੈ ਗਏ ਦੋਵੇਂ ਜਾਣੇ, ਚੌਧਰੀ ਸਾਹਿਬ ਕੋਲ ਗਏ ਕਪੂਰ ਲੈ ਗਏ। ਸੋ ਇਸ ਕਰਕੇ ਉਹ ਜਿਹੜੇ ਸੀ ਉਹ ਹਰ ਇੱਕ ਨੂੰ ਆਪਣੇ ਜਿਹੜਾ ਸਥਾਨ ਜਿਹੜਾ ਸੀ ਉਹਨਾਂ ਦਾ ਬੜਾ ਉੱਚੀ ਸੋਚ ਸੋਚ ਵਾਲਾ ਸੀ। ਮੈਂ ਸਮਝਦਾ ਅਸੀਂ ਕਾਂਗਰਸ ਪਾਰਟੀ ਨੇ ਵੱਡਾ ਲੀਡਰ ਆਪਣੇ ਤੋਂ ਗਵਾਇਆ, ਸਾਡਾ ਚੰਗਾ ਸਾਥੀ ਜਦੋਂ ਚਾਹੁੰਦੇ ਹੋ ਵੀ ਸਮਾਂ ਬਹੁਤ ਲੱਗ ਜਾਂਦਾ ਉਹ ਜਿਹਾ ਇਨਸਾਨ ਦੁਆਰਾ ਪੈਦਾ ਕਰ, ਕਿਉਂਕਿ ਇਹ ਗੱਲ ਸੋਚੀ ਨਹੀਂ ਸੀ ਅਜੇ ਕਿਸੇ ਨੇ। ਸਗੋਂ ਉਸ ਦਿਨ ਵਿਆਹ ਦੇ ਮੈਂ ਫਿਰ ਦੁਬਾਰਾ ਕਹਿ ਕੇ ਗਿਆ, ਮੈਂ ਕਿਹਾ ਮਾਸਟਰ ਜੀ ਮੈਨੂੰ ਅੱਜ ਢਿੱਲੇ ਲੱਗਦੇ ਆ ਆਪਾਂ ਐਡਮਿਟ ਹੋਈਏ, ਕਹਿੰਦੇ ਆਪਾਂ ਕੰਮ ਸਵੇਰੇ ਚੱਲਣਾ। ਉੱਥੋਂ ਅਗਲੇ ਦਿਨ ਇੱਕ ਦਿਨ ਮੈਂ ਧਿਆਨ ਨਾ ਕਰਦਾ, ਉਹ ਅਗਲੇ ਦਿਨ ਮੈਂ ਫੋਨ ਕੀਤਾ, ਮੈਂ ਕਿਹਾ ਮਾਸਟਰ ਜੀ ਹੋਸਪਿਟਲ ਗਏ ਸੀ, ਮੈਂ ਹੋਸਪਿਟਲ ਹੀ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਦੁਬਾਰਾ ਸਾਡੇ ਦਰਸ਼ਨ ਹੀ ਨਹੀਂ ਹੋਣ। ਸੋ ਇਸ ਕਰਕੇ ਇਹ ਜਿਹੜਾ ਸਾਡੇ ਸਾਰੇ ਪਰਿਵਾਰਾਂ ਦੀ ਗੱਲ ਆ, ਉੱਥੇ ਸਮਾਜ ਦੀ ਵੀ ਬੜੀ ਗੱਲ ਹੈ, ਕਿਉਂਕਿ ਮਾਤਾ ਜੀ ਇੱਕ ਸਮਾਜ ਸੇਵੀ ਸੀ। ਗੱਲ ਆ ਬਾਬਾ ਜੀ ਬੈਠੇ ਇੱਥੇ, ਬਾਬਾ ਕਬੀਰ ਸਿੰਘ ਜੀ ਸਾਹਿਬਾਨਿਆਂ ਜਿਹੜੇ ਇਸ ਅਸਥਾਨ ਦੇ ਸੇਵਾਦਾਰ ਹੈ, ਉਹ ਸੇਵਾਦਾਰ ਹੈ। ਔਰ ਜਦੋਂ ਕਿਤੇ ਗੁਰਦੁਆਰਾ ਸਾਹਿਬ ਦੀ ਗੱਲ ਹੋਣੀ ਉਦੋਂ ਵੀ ਮਾਤਾ ਜੀ ਨੇ ਮੋਹਰੀਆਂ ਕਰਾਰਾਂ ਹੋ ਕੇ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ, ਪਿੰਡ ਨੂੰ ਨਗਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਉਹ ਹਮੇਸ਼ਾ ਚੰਗੇ ਕੰਮ ਨੂੰ ਕਰਾਉਂਦਾ। ਗੱਲ ਜਦੋਂ ਢਿੱਲੀ ਬੈਠਦੀ ਅਸੀਂ ਕਰਨੀ, ਮਾਸਟਰ ਜੀ ਕਿਹਾ ਪਿੰਡ ਵਾਲੀ ਲੈਵਲ ਵੋਟਾਂ ਤੱਕ ਅਸੀਂ ਲੜਾਈ ਕਰ ਸਕਦੇ ਹਾਂ, ਉਸ ਤੋਂ ਬਾਅਦ ਅਸੀਂ ਸਾਰੇ ਪਰਿਵਾਰ ਇੱਕ ਪਾਰਟੀਆਂ ਤੋਂ ਉੱਪਰ ਉੱਠ ਕੇ ਜਾਂਦੇ, ਸਾਡੇ ਕੋਈ ਵੀ ਮਸਲਾ ਹੋਵੇ ਅਸੀਂ ਕੋਸ਼ਿਸ਼ ਕਰਦੇ ਇੱਕ ਦੂਜੇ ਨਾਲ ਜਾ ਕੇ ਬੈਠ ਕੇ ਹੱਲ ਕਰਦੇ। ਬੜੀ ਚੰਗੀ ਸੋਚ ਸੀ ਆ ਬੈਠੇ ਸਰਪੰਚ ਸਾਹਿਬ, ਇਹਨਾਂ ਨਾਲ ਵੀ ਭਾਵੇਂ ਸਿਆਸੀ ਵਿਚਾਰਧਾਰਾ ਅਲੱਗ ਅਲੱਗ ਹੋ ਗਏ, ਪਰ ਪਿੰਡ ਦਾ ਮਸਲਾ ਸੀ, ਕੋਈ ਡਿਵੈਲਪਮੈਂਟ ਦੀ ਗੱਲ ਸੀ, ਤੇ ਇਸਦੇ ਮਾਸਟਰ ਜੀ ਪਾਰਟੀਆਂ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਕੰਮ ਕਰਦੇ ਸੀ। ਚਾਹੇ ਸਕੂਲ ਦੀ ਗੱਲ ਚੱਲਦੀ ਸੀ, ਸਕੂਲ ਦੇ ਵਿੱਚ ਕਈ ਤਰੁੱਟੀਆਂ ਸੀ, ਮਾਸਟਰ ਜੀ ਉਸ ਗੱਲ ਦੀ ਬੜੀ ਚਿੰਤਾਵਾਨ ਸੀ ਕਿ ਸਾਡੇ ਇਲਾਕੇ ਸਾਡੇ ਨਗਰ ਬਹੁਤ ਵਧੀਆ ਬਾਬਾ ਜੀ ਸੇਵਾ ਕਰ ਰਹੇ ਆ, ਬੱਚਿਆਂ ਨੂੰ ਐਜੂਕੇਸ਼ਨ ਵਧੀਆ ਮਿਲ ਰਹੀ ਆ, ਇਸ ਸਕੂਲ ਨੂੰ ਅਸੀਂ ਉੱਚੀਆਂ ਬੁਲੰਦੀਆਂ ਤੇ ਲਿਜਾਣਾ ਚਾਹੁੰਦੇ ਹਾਂ, ਉਹਦੇ ਵਿੱਚ ਜਿਹੜੇ ਕੋਈ ਅੜਚਣਾ ਉਹਨਾਂ ਨੂੰ ਦੂਰ ਕਰਨਾ। ਸੋ ਇਹੋ ਜਿਹੀ ਸੋਚ ਦੇ ਮਾਲਕ ਬਣਨਾ ਬੜਾ ਮੁਸ਼ਕਲ ਹੁੰਦਾ, ਬਹੁਤ ਔਖਾ ਹੁੰਦਾ ਉਹ ਸਮਾਨ। ਸੋ ਸੱਚੇ ਪਾਤਸ਼ਾਹ ਪਰਮਾਤਮਾ ਦਾ ਹੁਕਮ ਅਡਾ ਸਜਾਈਆ ਸਿਉਹ ਪਰਾਲੀ ਸੰਸਾਰ ਵਿੱਚ ਆਇਆ, ਪਰਮਾਤਮਾ ਨੇ ਵਿਸ਼ਵਾਸਾਂ ਦਾ ਸਾਬਤਾ ਉਸੇ ਨੇ ਹੀ ਲਿਖ ਦਿੱਤਾ ਸਮਾਂ ਸਥਾਨ ਨਿਸ਼ਚਿਤ ਹੈ। ਪਰ ਹੁਕਮ ਪਰਮਾਤਮਾ ਦਾ ਅਡਾ ਸਜਾਈ ਭਾਈ ਸਾਹਿਬ ਨੇ ਅਰਦਾਸ ਬੇਨਤੀ ਕੀਤੀ, ਕਿਉਂਕਿ ਅਸੀਂ ਆਪਣਾ ਜ਼ਿੰਦਗੀ ਦਾ ਸਫ਼ਰ ਪਰਮਾਤਮਾ ਦੇ ਅੰਗ ਹੋ ਕੇ ਬਸਰ ਕਰਦੇ ਹਾਂ, ਉਸ ਤੋਂ ਬਗੈਰ ਅਸੀਂ ਕੁਛ ਨਹੀਂ ਹੈ, ਕਿਉਂਕਿ ਉਹਦੇ
ਭੇਜੇ ਹੋਏ ਜੀਵ ਔਰ ਉਹਦੀ ਕਿਰਪਾ ਨਾਲ ਹੀ ਸਾਰਾ ਕੁਛ ਇਹ ਸੰਸਾਰ ਚੱਲਦਾ। ਅੱਜ ਅੰਤਮ ਅਰਦਾਸ ਵੀ ਉਹਨਾਂ ਦੇ ਚਰਨਾਂ ਨੂੰ ਆਪਾਂ ਭਾਈ ਸਾਹਿਬ ਨੇ ਅਰਦਾਸ ਬੇਨਤੀ ਕੀਤੀ, ਭਾਈ ਸਾਹਿਬ ਨੇ ਹੁਕਮਨਾਮਾ ਸਾਹਿਬ ਲੈ ਕੇ ਆਉਂਦਾ ਔਰ ਜਿੱਥੇ ਰਾਜ ਮਹਾਵੀਰ ਸਿੰਘ ਅੱਜ ਬੇਟਾ ਉਹ ਪਿਆਰ ਵਿਰੋਧ ਨਹੀਂ ਕਰਨਾ ਉਹਦੇ ਚਰਨ ਚ ਆਪਾਂ ਬੇਨਤੀ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਪਰਮਾਤਮਾ ਆਉਣ ਵਾਲਾ ਸਮਾਂ ਇਸ ਪਰਿਵਾਰ ਤੇ ਮਿਹਰ ਭਰਿਆ ਦਾ ਹੋਵੇ, ਖੁਸ਼ੀਆਂ ਦਾ ਹੋਵੇ, ਚੜ੍ਹਦੀ ਕਲਾ ਦਾ ਹੋਵੇ ਔਰ ਇਹ ਬੱਚਾ ਤਰੱਕੀ ਕਰੇ ਔਰ ਮਾਸਟਰੀ ਦਾ ਨਾਮ ਨਾਮ ਸੁਨਹਿਰੀ ਅੱਖਾਂ 'ਚ ਲੈ ਕੇ ਜਾਵੇ, ਉੱਚੀਆਂ ਬੁਲੰਦੀਆਂ 'ਤੇ ਲੈ ਕੇ ਜਾਵੇ। ਇਹ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ ਦੇ ਚਰਨ ਔਰ ਪ੍ਰਮਾਤਮਾ ਦੇ ਨੂੰ ਹਰ ਤਰੱਕੀ ਬਖਸ਼ੇ। ਸੋ ਮਨ ਨੂੰ ਘਰਦਾਰ ਬਣਾਉਣ, ਕਿਉਂਕਿ ਚੰਗਾ ਨਿੱਘਾ ਸਾਥੀ ਸੀ ਪਰਿਵਾਰ ਮੈਂਬਰ ਸੀ, ਜ਼ਿਆਦਾ ਬੋਲਣ ਨੂੰ ਦਿਲ ਨਹੀਂ ਕਰਦਾ ਪਰ ਮਾਸਟਰ ਜੀ ਦੀ ਮੈਂ ਚੌਧਰੀ ਸੰਤੋਖ ਸਿੰਘ ਜੀ ਨੇ ਅੱਜ ਇਸ ਸਮਾਗਮ ਦੇ ਵਿੱਚ ਪਹੁੰਚਣਾ ਸੀ, ਉਹਨਾਂ ਦੇ ਕੋਈ ਧੀਵੇਂ ਹੋ ਗਿਆ, ਮੈਨੂੰ ਫੋਨ ਆਇਆ 11 ਵਜੇ ਮੈਂ ਪਹੁੰਚ ਨਹੀਂ ਸਕਦਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕੱਲ੍ਹ, ਮੈਂ ਕਿਹਾ ਵੀ ਅਸੀਂ ਮਾਸਟਰ ਜੀ ਦੀ ਯਾਦ ਦੇ ਵਿੱਚ ਕੁਛ ਬੇਟੀ ਬਲੈਸ ਦੇ ਵਿੱਚ ਉਹਨਾਂ ਦੀ ਜਿਹੜਾ ਨਾਂ ਜਿਹੜਾ ਅੱਖਾਂ ਸੁਨਹਿਰੀ ਅੱਖਾਂ 'ਚ ਰਹੇ ਉਹਨੂੰ ਕੁਛ ਯਾਦ ਕਰਨਾ ਅਸੀਂ ਬਣਾਉਣੀ ਚਾਹੁੰਦੇ ਹਾਂ ਔਰ ਉਹਦੇ ਲਈ ਜੋ ਵੀ ਆਪਾਂ ਬੈਠ ਕੇ ਫੈਸਲਾ ਕਰ ਲਾਂਗੇ ਵੀ ਕੀ ਬਣਾਉਣਾ। ਕੁਛ ਗੱਲ ਆਈ ਸੀ, ਕੋਈ ਪਾਰਕ ਦੀ ਗੱਲ ਆਈ ਸੀ, ਕੋਈ ਸਕੂਲ ਦੀ ਗੱਲ ਆਈ ਸੀ, ਕਿਉਂਕਿ ਤੁਸੀਂ ਸਾਰੇ ਸਾਥੀ ਪਿੰਡ ਵਾਲੇ ਬੈਠ ਕੇ ਫੈਸਲਾ ਕਰੋ। ਉਹਦੇ ਲਈ 5 ਲੱਖ ਰੁਪਇਆ ਮਾਸਟਰ ਜੀ ਦੀ ਯਾਦ ਦੇ ਵਿੱਚ ਚੌਧਰੀ ਸਾਹਿਬ ਵੱਲੋਂ ਚੌਧਰੀ ਸੰਤੋਖ ਸਿੰਘ ਜੀ MP ਰੈਡਮੰਡ ਤੋਂ ਆਪਾਂ ਲਿਆ ਕੇ ਉਹਦਾ ਆਪਾਂ ਫੈਸਲਾ ਕਰ ਲਾਂਗੇ ਕੀ ਬਣਾਉਣਾ। ਸੋ ਤੁਸੀਂ ਸਾਰਿਆਂ ਨੇ ਅੱਜ ਸੰਤੋਖ ਦੀ ਘੜੀ ਵਿੱਚ ਸਾਰੇ ਜਾਣੇ ਇਕੱਤਰ ਹੋਏ ਹਾਂ, ਸਿਆਣਿਆਂ ਨੇ ਕਿਹਾ ਜਦੋਂ ਖੁਸ਼ੀ ਦੇ ਟਾਈਮ ਇਕੱਠੇ ਹੋਈਏ ਤੇ ਖੁਸ਼ੀ ਵੱਧਦੀ ਹੈ ਤੇ ਜਦੋਂ ਦੁੱਖ ਦੇ ਵਿੱਚ ਇਕੱਠੇ ਹੋਈਏ ਤਾਂ ਅੱਜ ਦੁੱਖ ਘੱਟ। ਅੱਜ ਆਪਾਂ ਸਾਰੇ ਰਿਸ਼ਤੇਦਾਰ ਸਾਥ ਸੰਬੰਧੀ ਰੱਖ ਕੇ ਨਗਰ ਵਾਸੀ ਇਲਾਕਾ ਵਾਸੀ ਰੱਖ ਕੇ ਵੜੈ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਹਾਂ ਔਰ ਵੜੈ ਪਰਿਵਾਰ ਦਾ ਦੁੱਖ ਘਟਾਉਣ ਲਈ ਕਰਦਾ। ਸੋ ਤੁਹਾਡਾ ਸਾਰਿਆਂ ਦਾ ਮੈਂ ਪਰਿਵਾਰ ਦੇ ਵੱਲੋਂ ਸਾਰੇ ਰਿਸ਼ਤੇਦਾਰ ਵੱਲੋਂ ਇੱਕ ਇੱਕ ਕਦਮ ਚੱਲਿਆ, ਸਭ ਤੋਂ ਪਹਿਲਾਂ ਜਿਹੜਾ ਗੁਰੂ ਸਾਹਿਬਾਨਾਂ ਦਾ ਧੰਨਵਾਦ ਕਰਨਾ ਜਿਹਨਾਂ ਨੇ ਆਪਣਾ ਚਰਨ ਗ੍ਰਹਿ ਵਿਖੇ ਪਾ ਕੇ ਉੱਥੇ ਭੋਗ ਗਏ ਉਪਰੰਤ ਅੱਜ ਇੱਥੇ ਆ ਕੇ ਆਪਾਂ ਸਾਰਿਆਂ ਨੇ ਗੁਰੂ ਸਾਹਿਬਾਨਾਂ ਦੇ ਦੀਵਾਨ ਹਾਲਤ ਬੈਠ ਕੇ ਉਹਨਾਂ ਦੀ ਹਾਜ਼ਰੀ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਜਿਹਨਾਂ ਦੇ ਬਦੌਲਤ ਅਸੀਂ ਇਸ ਸੰਸਾਰ ਚੱਲਦਾ ਔਰ ਇਹਨਾਂ ਦੇ ਅਸ਼ੀਰਵਾਦ ਲੈ ਕੇ ਜਾਂਦੇ ਹਾਂ। ਧੰਨਵਾਦ ਰਾਗੀ ਸਿੰਘਾਂ ਦਾ ਜਿਹਨਾਂ ਨੇ ਅਲਾਹੀ ਬਾਣੀ ਦਾ ਕੀਰਤਨ ਕਰਕੇ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਔਰ ਮੌਤ ਦੇ ਸਫ਼ਰ ਬਾਰੇ ਦੱਸਿਆ ਔਰ ਧੰਨਵਾਦ ਜਿੰਨੇ ਤੁਸੀਂ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਸ਼ਰੀਕ ਹੋਏ ਹਨ। ਇੱਕ ਇੱਕ ਕਦਮ ਚੱਲਿਆ ਪਰਿਵਾਰ ਦੇ ਸਰਬੰਧ ਦੇ ਔਰ ਅਖੀਰ ਵਿੱਚ ਬੇਨਤੀ ਕਰਦਾ ਹੁਣ ਰਾਜ ਮਹਾਵੀਰ ਸਿੰਘ ਨੂੰ ਭਗਤੀ ਦੀ ਰਸਮ ਹੋਣੀ, ਉਸ ਤੋਂ ਉਪਰੰਤ ਗੁਰੂ ਮਹਾਰਾਜ ਦੀ ਦੇਖ ਵਰਤਣੀ ਆ, ਉਸ ਤੋਂ ਉਪਰੰਤ ਸਾਰੇ ਮਾਤਰੀ ਹੋ ਕੇ ਪਰਿਵਾਰ ਨੂੰ ਬੇਨਤੀ ਹੈ, ਸਾਡੇ ਸਾਰਿਆਂ ਨੂੰ ਬੇਨਤੀ ਆ ਇੱਕ ਇੱਕ ਰੋਡ ਦਾ ਫੁਲਕਾ ਜ਼ਰੂਰ ਛੱਕ ਕੇ ਜਾਣਾ, ਲੰਗਰ ਛੱਕ ਕੇ ਤੋਂ ਬਗੈਰ ਕਿਸੇ ਨੇ ਨਹੀਂ ਜਾਣਾ, ਇਹ ਆ ਬੇਨਤੀ ਪ੍ਰਵਾਨ ਕਰਿਓ। ਔਰ ਅਖੀਰ ਵਿੱਚ ਪਰਮਾਤਮਾ ਦੇ ਚਰਨਾਂ ਨੂੰ ਬੇਨਤੀ ਕਰਦਾ ਸਾਡੇ ਸਰਕਾਰ ਦੇ ਮਾਸਟਰ ਜੀ ਨੂੰ ਆਪਣੇ ਚਰਨਾਂ ਦੇ ਮਾਸਟਰ ਪਹੁੰਚੇ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਬੇਨਤੀ ਕੀਤੀ ਲਾਡੀ ਸਾਹਿਬ ਨੇ ਗੁਰੂ ਪਰਿਵਾਰ ਵੱਲੋਂ ਸੁਖਮ ਸਿੰਘ ਜੀ ਕਿਹਾ ਭਾਈ ਮਹਿੰਦਰ